ਪੰਜਾਬ ਮੰਡੀ ਬੋਰਡ ਅਤੇ ਨੈਸ਼ਨਲ ਕੌਂਸਲ ਆਫ ਸਟੇਟ ਐਗਰੀਕਲਚਰ ਮਾਰਕੀਟਿੰਗ ਬੋਰਡ ਨਵੀਂ ਦਿੱਲੀ ਨੇ ਮੁਸ਼ਤਰਕਾ ਤੌਰ ਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਦੀ ਰਵਾਈ ਹੇਠ ਕਿਸਾਨ ਭਵਨ ਚੰਡੀਗੜ੍ਹ ਦੇ ਵਿੱਚ ਫਲਾਂ ਤੇ ਸਬਜ਼ੀਆਂ ਦੀ ਮੰਡੀਆਂ ਦੀ ਆਧੁਨਿਕੀਕਰਨ ਲਈ ਇੱਕ ਦਿਨੀ ਸੈਮੀਨਾਰ ਦਾ ਆਯੋਜਨ ਕੀਤਾ। ਇਸ ਮੌਕੇ ਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਮੁੱਖ ਮਹਿਮਾਨ ਸਨ। ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੜੀਆ ਨੇ ਵੀ ਇਸ ਦੇ ਵਿੱਚ ਸ਼ਿਰਕਤ ਕੀਤੀ। ਸੈਮੀਨਾਰ ਤੋਂ ਉਪਰੰਤ ਪ੍ਰੈਸ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਗੁਰਮੀਤ ਸਿੰਘ ਖੁੜੀਆ ਨੇ ਕਿਹਾ ਕਿ ਫਲਾਂ ਤੇ ਸਬਜ਼ੀਆਂ ਸਾਡੇ ਜੀਵਨ ਦਾ ਇੱਕ ਅਹਿਮ ਹਿੱਸਾ ਨੇ ਤੇ ਇਨ੍ਹਾਂ ਦੇ ਬਿਨਾਂ ਕੋਈ ਜ਼ਿੰਦਗੀ ਦੇ ਬਾਰੇ ਸੋਚ ਵੀ ਨਹੀਂ ਸਕਦਾ। ਉਨ੍ਹਾਂ ਨੇ ਕਿਹਾ ਕਿ ਸਬਜ਼ੀ ਮੰਡੀਆਂ ਤੇ ਸਬਜ਼ੀਆਂ ਦੇ ਰੱਖ ਰਖਾਵ ਠੀਕ ਨਾ ਹੋਣ ਕਾਰਨ ਕਈ ਤਰ੍ਹਾਂ ਦੀਆਂ ਦਿੱਕਤਾਂ ਆ ਰਹੀਆਂ ਨੇ। ਉਨ੍ਹਾਂ ਨੇ ਕਿਹਾ ਕਿ ਸੈਮੀਨਾਰ ਦੌਰਾਨ ਫਲਾਂ ਤੇ ਸਬਜ਼ੀਆਂ ਨੂੰ ਕਿਵੇਂ ਆਧੁਨਿਕ ਤਰੀਕੇ ਦੇ ਨਾਲ ਰੱਖਿਆ ਜਾਵੇ ਤੇ ਉਨ੍ਹਾਂ ਦੀ ਲਾਈਫ ਵਧਾਈ ਜਾਵੇ ਇਸ ਦੇ ਬਾਰੇ ਗੱਲਬਾਤ ਹੋਈ। ਬਹੁਤ ਅਹਿਮ ਦਿਨਾਂ 'ਤੇ ਅਹਿਮ ਹੀ ਮੁੱਦਾ ਹੈ। ਅਸੀਂ ਖਾਣ ਪੀਣ ਦੀਆਂ ਵਸਤਾਂ ਜਿਹੜੀਆਂ ਦਿਨੋਂ ਦਿਨ ਜਿਨ੍ਹਾਂ ਦਾ ਫਿਕਰ ਹਰ ਇੱਕ ਪਰਿਵਾਰ ਨੂੰ ਹੈ, ਚਾਹੇ ਉਹ ਕਿਸੇ ਵੀ ਵੱਡੀ ਪਦਵੀ 'ਤੇ ਹੈ ਅਤੇ ਚਾਹੇ ਉਹ ਸਧਾਰਨ ਜੀਵਨ ਜੀ ਰਿਹਾ ਹੈ, ਕਿਉਂਕਿ ਹੌਲੀ ਹੌਲੀ ਦੇਸ਼ ਦੀ ਤਰੱਕੀ ਵਿੱਚ ਹਿੱਸਾ ਪਾਉਣ ਦੇ ਲਈ ਜਿੱਥੇ ਵਿਗਿਆਨੀਆਂ ਨੇ, ਸਾਡੀ ਐਗਰੀਕਲਚਰ ਯੂਨੀਵਰਸਿਟੀਆਂ ਨੇ, ਕਿਸਾਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ। ਅਸੀਂ ਕਿਸੇ ਦਿਨ ਕਿਸੇ ਹੋਰ ਦੇਸ਼ਾਂ 'ਤੇ ਵੀ ਡਿਪੈਂਡ ਸੀਗੇ, ਪਰ ਹੌਲੀ ਹੌਲੀ ਸਾਡੇ ਦੇਸ਼ ਦੇ ਕਿਸਾਨਾਂ ਨੇ ਬਹੁਤ ਵੱਡਾ ਯੋਗਦਾਨ ਪਾ ਕੇ ਸਾਡਾ ਜਿਹੜਾ ਅਨਾਜ ਬਣਾ ਉਹ ਭਰ ਦਿੱਤੇ ਕਿ ਵਾਫਰ ਕਰ ਦਿੱਤੇ ਜੀ ਕਹਿ ਲਈਏ, ਜਿਹਦੇ ਵਿੱਚ ਪੰਜਾਬ ਦੇ ਕਿਸਾਨਾਂ ਦਾ ਬਹੁਤ ਵੱਡਾ ਹਿੱਸਾ ਹੈ, ਮਜ਼ਦੂਰਾਂ ਦਾ ਬਹੁਤ ਵੱਡਾ ਹਿੱਸਾ ਹੈ। ਇਹਦੀ ਬਹੁਤ ਹੀ ਸੁਚੱਜੇ ਢੰਗ ਨਾਲ ਮਾਰਕੀਟਿੰਗ ਪੰਜਾਬ ਮੰਡੀ ਬੋਰਡ ਵੱਲੋਂ ਕੀਤੀ ਜਾਂਦੀ ਹੈ। ਸਾਰੇ ਦੇਸ਼ 'ਚੋਂ ਵਧੀਆ ਸਾਡਾ ਜਿਹੜਾ ਮੰਡੀ ਬੋਰਡ ਦਾ ਢਾਂਚਾ ਹੈ। ਔਰ ਜਿਹੜੀ ਝੋਨਾ ਕਣਕ ਦੀ ਅਨਾਜ ਦੀ ਗੱਲ ਸੀ, ਉਸ ਤੋਂ ਇਲਾਵਾ ਸਾਨੂੰ ਲੋੜ ਹੈ ਵਧੀਆ ਜੀਵਨ ਜਿਉਣ ਲਈ, ਤੰਦਰੁਸਤੀ ਲਈ, ਕਿ ਅਸੀਂ ਜਿਹੜੀ ਸਬਜ਼ੀਆਂ ਫਲ ਅਤੇ ਹੋਰ ਜਿਹੜੀਆਂ ਸਰੀਰ ਨੂੰ ਲੋੜਾਂ ਉਹਦੇ ਵਾਸਤੇ ਅਸੀਂ ਉੱਧਰਲੇ ਪਾਸੇ ਵੀ ਆਈਏ। ਪਰ ਕਈ ਵਾਰੀ ਉਸ ਲਈ ਕਿਸਾਨ ਵੀ ਚਾਹੁੰਦਾ ਕਿ ਉਹ ਪੈਦਾ ਕਰਕੇ ਦੇਵੇ। ਪੈਦਾ ਕਰਨ ਤੋਂ ਬਾਅਦ ਕਈ ਵਾਰੀ ਇਹ ਗੱਲ ਹੋ ਜਾਂਦੀ ਹੈ ਕਿ ਜਿਹੜੇ ਕਈ ਵਾਰੀ ਸਬਜ਼ੀਆਂ ਦੇ ਰੇਟ ਬਹੁਤ ਉੱਚੇ ਹੁੰਦੇ ਆ, ਜਦੋਂ ਪੈਦਾ ਕਰਨ ਲੱਗਦੇ ਆ ਫਿਰ ਥੱਲੇ ਆ ਜਾਂਦੇ ਆ, ਉੱਥੇ ਨਿਰਾਸ਼ਾ ਜੀ ਹੋ ਜਾਂਦੀ ਹੈ। ਉਹਦਾ ਸੰਭਾਲ ਕਰਕੇ ਥੋੜ੍ਹਾ ਜਿਹਾ ਸਟੇਬਲ ਬਣਾਇਆ ਜਾਵੇ, ਚਾਹੇ ਕੋਲਡ ਸਟੋਰ ਹੋਣ, ਕੁਛ ਵੀ ਹੋਣ, ਸਾਡਾ ਪ੍ਰਬੰਧ ਇਸ ਤਰ੍ਹਾਂ ਦਾ। ਸਾਰੇ ਦੇਸ਼ 'ਚੋਂ ਵੱਖੋ ਵੱਖਰੇ 18 ਸਟੇਟਾਂ ਤੋਂ ਸਾਡੇ ਨੁਮਾਇੰਦੇ ਆਏ ਨੇ ਅੱਜ ਵਿਚਾਰ ਵਟਾਂਦਰਾ ਕਰਨ ਲਈ, ਜਿਹੜੀ ਕਾਨਫਰੰਸ ਚੱਲ ਰਹੀ ਹੈ। ਸੋ ਸਾਡੇ ਨਾਲਲੇ ਮੇਰੇ ਛੋਟੇ ਭਰਾ, ਵੈਸੇ ਵੀ ਪੰਜਾਬ ਹਰਿਆਣਾ ਭਰਾ ਹੀ ਹੈ, ਅਤੇ ਚੇਅਰਮੈਨ ਸਾਹਿਬ ਵੀ ਅਦਿੱਤਿਆ ਦੇਵੀ ਲਾਲ ਜੀ ਆਏ ਹੈ। ਉੱਥੇ ਹੀ ਵਿਚਾਰ ਵਟਾਂਦਰਾ ਹੋ ਰਹੀਆਂ ਕਿ ਫਲਾਂ ਨੂੰ ਕਿਵੇਂ ਉਹਦੀ ਪੈਦਾਵਾਰ ਵੀ ਵਧਾਈ ਜਾਵੇ, ਸਬਜ਼ੀਆਂ ਦੀ ਪੈਦਾਵਾਰ ਵੀ ਵਧਾਈ ਜਾਵੇ, ਉਹਦਾ ਮੰਡੀਕਰਨ ਬਹੁਤ ਸੁਚੱਜੇ ਢੰਗ ਨਾਲ ਹੋਵੇ, ਲੋਕਾਂ ਤੱਕ ਵੀ ਪਹੁੰਚ ਸਕੇ, ਪੈਦਾ ਕਰਨ ਵਾਲੇ ਜ਼ਿਮੀਂਦਾਰ ਨੂੰ ਵੀ ਮੁਨਾਫਾ ਮਿਲੇ, ਉਸਨੂੰ ਵਪਾਰੀ ਵਧੀਆ ਢੰਗ ਨਾਲ ਲਿਜਾ ਕੇ ਲੋਕਾਂ ਤੱਕ ਪਹੁੰਚਾ ਸਕੇ। ਅਜੇ ਇਸ ਲਈ ਸਾਰੇ
ਆਪਾਂ ਇਕੱਠੇ ਹੋਏ ਹਾਂ, ਤੋ ਇੱਕ ਦੂਸਰੇ ਦੀ ਸਹਿਯੋਗ ਦੀ ਲੋੜ ਹੈ। ਸਾਡਾ ਜੀਵਨ ਸਾਰਿਆਂ ਦਾ ਸਾਂਝਾ ਹੈ, ਤੰਦਰੁਸਤੀ ਸਾਰਿਆਂ ਦੀ ਸਾਂਝੀ ਹੈ। ਸਮੇਂ ਨਾਲ ਲੋੜ ਸੀ, ਅਸੀਂ ਉਹੋ ਜਿਹੀਆਂ ਦਵਾਈਆਂ ਕੀੜੇ ਮਾਰ ਜਾਂ ਖਾਦਾਂ ਅਸੀਂ ਬਹੁਤ ਤਾਤ ਵਿੱਚ ਪਾਉਣ ਲੱਗ ਗਏ, ਚਾਹੇ ਉਹਦੇ ਨਾਲ ਉਤਪਾਦਨ ਤਾਂ ਵਧਿਆ ਪਰ ਉਹਦੇ ਨਾਲ ਥੋੜ੍ਹਾ ਸਾਨੂੰ ਆਪਣੇ ਸਰੀਰਾਂ ਪੱਖੀ ਵੀ ਸੋਚਣਾ ਚਾਹੀਦਾ ਹੈ। ਉਸ ਲਈ ਲੋੜ ਅਨੁਸਾਰ ਤਾਂ ਉਹ ਚੱਲ ਜਾਂਦਾ ਹੈ, ਪਰ ਉਸਨੂੰ ਵੀ ਜੇ ਕਦੇ ਇੱਕ ਬਹੁਤ ਵਧੀਆ ਗੱਲ ਕਹੀ ਜਾਂਦੀ ਸੀ, ਜੋ ਮਾਂ ਨੇ ਪਕਾਇਆ ਉਹ ਖਾਇਆ ਤਾਂ ਫਿਰ ਤੰਦਰੁਸਤੀ ਪਾਈ ਜਾਂਦੀ ਹੈ। ਉਦੋਂ ਸਾਡਾ ਸਾਦਾ ਜੀਵਨ ਸੀ, ਮਾਵਾਂ ਆਪਦੀਆਂ ਔਲਾਦ ਦੀ ਖਾਤਰ ਬਹੁਤ ਵਧੀਆ ਦੇਸੀ ਢੰਗ ਨਾਲ ਹੀ ਖਾਣ ਪਾਣ ਬਣਾਉਂਦੀਆਂ ਸੀ ਅਤੇ ਅਸੀਂ ਬਿਮਾਰੀਆਂ ਸ਼ਮਾਰੀਆਂ ਤੋਂ ਬਚਦੇ ਸਾਂ। ਸਮੇਂ ਮੁਤਾਬਕ ਲੋੜ ਹੋ ਗਈ ਕਿ ਉਸਨੂੰ ਹੋਰ ਵੀ ਸੁਧਾਰ ਕੀਤਾ ਜਾਵੇ।